ਇਹੋ ਵਜ੍ਹਾ ਪਤਾ ਲੱਗਾ ਮਾਂ ਮਰ ਗਈ ਏ, ਅਮਾਮੇ ਉੱਥਾ ਹੀ ਰਹਿ ਗਏ, ਨਾ ਲੈਣ ਪਹਿਲੇ ਪੈਰਾਂ ਚ ਕੋਈ ਨੀ। ਏਡਾ ਸੋਹਣਾ ਤੂੰ ਮਾਹੌਲ ਬਣਾ ਲਿਆ, ਮੈਂ ਤਾਰੀਖ ਬੰਦ ਜੁਮਲੇ ਚ ਆਖਣ ਲੱਗਾ, ਜਿਹਨੂੰ ਸਮਝ ਆਈ ਉਹਦੀ ਹਾਏ ਨਿਕਲ ਵੈ ਸੀ, ਪਤਾ ਲੱਗਾ ਅਸੀਂ ਯਤੀਮ ਹੋ ਗਿਆ, ਭੱਜ ਪਏ ਨਾਨੇ ਦੀ ਕਬਰ ਤੂੰ। ਲੇਕਿਨ ਗੜ ਮੋੜਾ ਲਿਆ, ਰੁੱਖ ਜੁਦਾ ਹੋ ਗਏ, ਹਸਨ ਦਾ ਰੁੱਖ ਹੋਰ, ਹੁਸੈਨ ਦਾ ਰੁੱਖ ਹੋਰ। ਹਸਨ ਮਾਂ ਦਾ ਦੁੱਖ ਸੁਣ ਕੇ ਘਰ ਵਾਲੇ ਪਾਸੇ ਬੇ ਭੱਜੇ, ਕੁਰਾਨ ਮੇਰੇ ਸਰ ਤੇ ਰੱਖ ਲੈ, ਹੁਸੈਨ ਨੂੰ ਮਾਂ ਦੀ ਸ਼ਹਾਦਤ ਦੀ ਖਬਰ ਮਿਲੀਏ। ਸ਼ਬੀਰ ਘਰ ਵੱਲ ਨਹੀਂ ਗਿਆ, 5 ਸਾਲ ਦਾ ਗਰੀਬ ਏ, ਪੈਰਾਂ ਚ ਨਾ ਲੈਣ ਕੋਈ ਨਹੀਂ, ਝੋਟੀਆਂ ਹਵਾ ਏ ਪਈਆਂ ਉੱਡਦੀਆਂ ਨੇ, ਗਿਰੇਬਾਨ ਚਾ ਕੇ ਮਦੀਨੇ ਦੀਆਂ ਗਲੀਆਂ ਚ ਭੱਜ ਭੱਜ ਕੇ ਪਿਆਦਾ, ਹੁਣ ਆਰਾਮ ਨਾਲ ਸਵੋ, ਮੇਰੀ ਮਾਂ ਮਰ ਗਈ ਨੇ। ਉਹ ਜਿਹਦੇ ਵੈਣ ਤੁਹਾਨੂੰ ਸੰਮਣ ਨਾਇਣ ਦੇਂਦੇ, ਮੇਰੀ ਅੰਮਾ ਮਹਾਫਰੀ ਆਫਰੀ ਆਫਰੀਨ ਆਫਰੀਨ ਬਾਈ ਆਫਰੀਨ ਬਾਈ। ਉਹ ਜਿਹਦੀ ਵਜ੍ਹਾ ਤੋਂ ਤੁਹਾਡੀਆਂ ਨੀਂਦਾਂ ਮੁੱਕਦੀਆਂ, ਅੱਜ ਦੇ ਬਾਅਦ ਮੇਰੀ ਰੋਣ ਵਾਲੀ ਮਾਂ ਟੁਰ ਗਈ। ਇਹੋ ਵਜ੍ਹਾ ਏ, ਹਸਨ ਪਹਿਲੇ ਦਾਖਲ ਹੋਇਆ ਘਰ, ਹੁਸੈਨ ਬਾਅਦ ਹੀ ਚਾਹਿਆ। ਹਸਨ ਦਾਖਲ ਹੋਇਆ, ਅੱਗੇ ਫਿਜ਼ਾ ਖਲੋਤੀ ਹੈ ਤਿਆਰ, ਹੁਕਮੇ ਸੈਯਦਾ ਦੇ ਤਹਿਤ, ਬਿਸਮਿਲਾ ਸ਼ਹਜ਼ਾਦਾ ਮਹਾਰਾਜ ਅਲ ਬਹਿਰੈਨ ਦਾ ਮੋਤੀ, ਅਮੀਰ ਪਿਓ ਦਾ ਅਮੀਰ ਪੁੱਤਰ, ਆਓ ਦਸਤਾਰੇ ਵਿਲਾਇਤ ਦਾ ਵਾਰਸ ਮੇਰਾ ਬਾਦਸ਼ਾਹ, ਆਓ ਖਾਣਾ ਤਿਆਰ ਏ, ਖਾਣਾ ਖਾਓ। ਉੱਥਾਂ ਹੀ ਰੁੱਕ ਕੇ ਐਡੇ ਐਡੇ ਮੋਟੇ ਅੱਥਰ ਹਸਨ ਦੇ ਰੁੱਖ ਸਾਰੇ ਤੇ ਤਰੇ ਤੇ ਰੋ ਕੇ ਦਿਨ, ਹੈ ਫਿਜ਼ਾ ਜਿਨ੍ਹਾਂ ਦੀਆਂ ਮਾਵਾਂ ਮਰ ਜਾਣੋ, ਪੁੱਤਰ ਕਿਵੇਂ ਖਾਣਾ ਖਾਓ। ਨਾ ਲੁਕਾ ਸੰਨਾ ਨੇ ਦੱਸਿਆ ਅਸੀਂ ਯਤੀਮ ਹੋ ਗਿਆ। ਇਹ ਗੱਲ ਮੁੱਕੀ ਤੇ ਹੁਸੈਨ ਦਾਖਲ ਹੋਏ, ਸ਼ੀਆ ਮਾਂ ਦੀ ਝੋਲੀ ਚੋ 3 ਅੱਖ ਖੋਲੀਏ, ਤੇਰਾ ਹੱਥ ਸੀਨੇ ਤੇ ਨਾ ਆਇਆ, ਗੜ ਮੋੜ ਵਾਲਿਆ ਮੈਨੂੰ ਤਕਲੀਫ ਹੋਏਗੀ। ਹਸਨ ਦਾਖਲ ਹੋਏ, ਫਿਜ਼ਾ ਖਾਣਾ ਪੁੱਛਿਆ, ਉਹ ਮਾਤਮੀਓ ਜਦਨ ਹੁਸੈਨ ਦਾਖਲ ਹੋਏ, ਹੁਸੈਨ ਦਾ ਚਿਹਰਾ ਵੇਖ ਕੇ ਫਿਜ਼ਾ ਨੂੰ ਖਾਣੇ ਪੁੱਛਣੇ ਭੁੱਲ ਗਏ, ਚਿਹਰੇ ਦੀ ਕੈਫੀਅਤ ਐਸੀ ਆਇਆ ਦੀ ਹੈ, ਬਿਸਮਿਲਾ ਪਾਣੀ ਪਿਵਾਵਾਂ, ਰੋ ਕਿਆ ਦੇ ਤਰੇ ਤਾ ਡਾਡੀਏ, ਉਹ ਟੁਰ ਗਈ ਏ ਜਿਹੜੀ ਹੱਥਾਂ ਨਾ ਫਰੇ ਆਫਰੀ। ਕਿਆ ਬਾਤ ਹੈ ਯਾਰ, ਕਿਆ ਬਾਤ, ਮੇਰੀ ਮਾਂ ਮਰ ਗਈ, ਮੈਂ ਕਿਵੇਂ ਪਾਣੀ ਪੀਵਾਂ, ਪਿੱਛੇ ਉਹ ਮਹਿਮਾਨ ਨੂੰ ਮਿਲਾਂ, ਕਿੱਥੇ ਮੇਰੀ ਮਾਂ, ਹੁਜਰੇ 'ਚ ਦਰਵਾਜ਼ਾ ਬੰਦ ਹੈ। ਤੁਰੇ ਨੇ ਦੋਵੇਂ ਸ਼ਹਿਜ਼ਾਦੇ, ਹੱਥ ਬੰਨ ਕੇ ਆਦੀ, ਤੁਸੀਂ ਆ ਲੱਲਾ, ਤੁਸੀਂ ਵਾਰਸ, ਤੁਹਾਡੇ ਰਾਜ ਆਪਣੇ, ਮੈਂ ਤੇ ਨੌਕਰਾਣੀ ਹਬਸ਼ਣਾ, ਵਾਰਸ ਤੁਸੀਂ ਹੋ, ਮਾਂ ਤੁਹਾਡੀ ਹੈ, ਮੇਰੀ ਕੋਈ ਔਕਾਤ ਨਹੀਂ। ਲੇਕਿਨ ਇੱਕ ਪੈਗਾਮ ਮਾਂ ਦਾ ਜ਼ਰੂਰ ਸੁਣ ਲਓ, ਦੋਵੇਂ ਸ਼ਹਿਜ਼ਾਦੇ ਖਲੋਗਨ ਕਿ ਆ ਗਈ ਹੈ ਮਾਂ, ਫਰਮਾਇਆ ਅੰਮਾ ਮਨਾ ਕਰ ਗਈ ਹੈ, ਮੇਰੇ ਹੁਜਰੇ ਦਾ ਦਰਵਾਜ਼ਾ ਕੋਈ ਨਾ ਖੋਲੇ। ਫਿਰ ਤੇਰੇ ਮਾਤਮ ਦਾ ਜੁਮਲਾ ਹੈ, ਹਸਨ ਗੱਲ ਚੁੱਪ ਕਰਕੇ ਚੁੱਪ ਕਰਕੇ ਖਲੋ ਗਏ, ਹੁਸੈਨ ਦੋ ਕਦਮ ਪਿੱਛੇ ਹਟਿਆ, ਹੈ ਫਿਜ਼ਾ ਇਹ ਸਾਰਿਆਂ ਨੂੰ ਮੰਨੇ ਜਾਂ ਇਕੱਲੇ ਨੂੰ, ਹੱਥ ਬੰਨ ਕੇ ਆਦੀਏ, ਰਾਜ਼ ਤੁਹਾਡੇ ਨੇ ਮੈਂ ਨਹੀਂ ਜਾਣਦੀ, ਜੇ ਪੁੱਛ ਲਿਆ ਨਹੀਂ ਤੇ ਵੱਧ ਬਰਦਾਸ਼ ਕਰੇ। ਆਖਰੀ ਵੇਲ ਆਈ, ਸੱਜਾ ਹੱਥ ਪਾਸੇ ਤੇ ਆਏ, ਔਖੇ ਛੋਟੇ ਛੋਟੇ ਸਾਹ ਲੈਂਦੀ ਆਈ, ਤੇਰੀ ਕਸਮੇ ਨਿੱਕੇ ਨਿੱਕੇ ਸਾਵਾਂ ਵਿੱਚ ਨਾ ਤੇਰਾ ਲੈਂਦੀ ਆ, ਰੋ ਰੋ ਕੇ ਆਦੀ ਆਈ, ਫਿਜ਼ਾ ਕੋਸ਼ਿਸ਼ ਕਰੀ, ਹੁਸੈਨ ਮੇਰੀ ਜ਼ਖਮੀ ਮਈਆ ਤੇ ਨਾ ਆਵੇ। ਆਸਮਾਨ ਅਲ ਮੋਹ ਕਰਕੇ ਆਦਾ, ਉਹ ਮੇਰਾ ਬੇਨਿਆਜ਼ ਅੱਲਾ ਬਣਾਇਆ ਜੋ ਗਰੀਬ ਈ। ਆਫਰੀ 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 ਅਮੀਰਾਂ ਨੂੰ ਕਿਸੇ ਮਨਾ ਨਹੀਂ ਕੀਤਾ, ਸਾਰਿਆਂ ਦੇ ਜ਼ੋਰ ਗਰੀਬਾਂ ਤੇ ਲੱਗਦੇ। ਮੈਂ ਜੋ ਗਰੀਬ ਹਾਂ, ਮਾਂ ਦਾ ਸੁਨਿਆ ਸੁਣ ਕੇ ਉੱਥਾਂ ਹੀ ਬਹਿ ਗਿਆ, ਰੋਣ ਲੱਗ ਪਿਆ। ਤਿਆਰੀਆਂ ਸ਼ੁਰੂ ਹੋ ਗਈਆਂ, ਮਾਦ ਨੇ ਇਸਮਤ ਆਈ, ਕਾਨੇ ਨਬੂਵਤ ਆਈ, ਮੁਜਸਮੇ ਤਹਾਰਤ ਆਈ, ਗੁਸਲਾਂ ਦੀ ਜ਼ਰੂਰਤ ਤੇ ਨਾਈ, ਬਕਾਏ ਦੀਨ ਦੀ ਖਾਤਰ, ਤਰਬੀਅਤ ਉਮਤ ਦੀ ਖਾਤਰ ਸੈਯਦਾਂ ਨੂੰ ਗੁਸਲ ਦਿੱਤਾ ਗਿਆ, ਹਿਜਾਬ ਕੁਦਰਤ ਆਈ, ਕਫਨ ਪਵਾਇਆ ਗਿਆ। ਚਲੋ ਮੈਂ ਰੁਕ ਕੇ ਥਾਈ ਜੁਮਲਾ ਖਾਂ, ਮਿੰਬਰ ਤੋਂ ਮੈਨੂੰ ਉਤਾਰ ਦਈ ਅਗਰ ਤਾਰੀਖ ਨਾ ਹੋਵੇ, ਮੈਂ ਹਵਾਲਾ ਦੇ ਦੇਣਾ, ਬਿਹਾਰ ਵਿੱਚ ਅਲਾਮਾ ਮਜਲਸੀ ਲਿਖਿਆ, ਕਾਇਨਾਤ ਵਿੱਚ ਵਾਹਿਦ ਨਬੀ ਦੀ ਬੇਟੀ ਏ ਜਿਹਨੂੰ 7 ਚਾਦਰਾਂ ਚਲੀ ਕਫਨ ਦਿੱਤਾ। ਤੂੰ ਨੇ ਸ਼ੀਆ ਕਿਉਂ ਰੋਂਦੇ ਨੇ, ਜਦਨ 7ਵੀਂ ਚਾਦਰ ਫਿਜ਼ਾ ਮੰਗੀ ਏ, ਅਲੀ ਦੀਵਾਰ ਤੇ ਟੱਕਰ ਮਾਰ ਕੇ ਦੇਣ, ਹੈ ਫਿਜ਼ਾ 7 ਚਾਦਰਾਂ ਲਈਆਂ ਨੀ, ਕਿਉਂ ਇਤਨੀਆਂ ਚਾਦਰਾਂ ਦੇਣੀ, ਆਦਿ ਤੇਰੀ ਕਸਮੇ ਜਿਹੜੀ ਦੇਣੀ ਆ, ਜ਼ਖਮ ਇਤਨਾ ਉਹਦਾ ਖੂਨ ਨਹੀਂ ਰੁਕਦਾ,
آدھیے انجے دفنا میں بابے نو زخم آخر آفرین 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 سات چادر انج کفن ہے غسل ہو چکا کفن ہو چکا جنازہ تیار کر کے علی حجرے چ رکھے قیامت ہوندی ہے جس گھر چھوٹی اولاد دی ماں مر جائے رو رہے نے علی ہلمو وتزودوا عن زیارت امکم یا اولادی آؤ میرے پتر تے دھیاں ودا کر لو میں تہاڈی ماں دا جنازہ چاہواں علی اعلان کیتے سارے پتر تے دھیاں ماں دے حجرے چ ماں دے جنازے نال لپٹ گئے سوال حسین غریب نہیں آیا علی دن میں پتر نو بلان ویڑے چ نکلیا ویڑے چ پنجا سالاں دا کلا مٹیاں تے بیٹھے وال کھلے ہوئے زانو بلند نے زانو تے ہاتھ نے ہتھاں تے متھے اکھاں انج نہیں جویں ساون دی بارش ہوندی ہے پتر دے مونڈے تے ہتھ رکھ کے دن حوصلہ کر زندگی دا رونا ہی سارے مل بیٹھے نہیں او دا حکمے میرا جنازہ رات اندھیرے چھٹھے توں رہ گئے مل مانو میں تیری ماں دا جنازہ چاہاں زانواں تو سر چاہ کیا دا بابا چالو جنازہ میں کوئی نہیں مل کیوں بیٹا فرمایا اما میں منع کر گئی ہے علی پتر نال پیار کر کیا دینے اس واسطے منع کیتے تیرے نال پیار زیادہ کر دے پیارے پتروں تو ماواں دکھوں تو بچیں دیاں نے تیرے نال زیادہ پیار کر دیے اٹھ ایک واری ودا کرا دے بابا پھر میں انج نہیں ملنا کیویں ملنی بابا جی میں منع کیتا سکون بلاوے علی آدن وزہ لی وضاحت کر فرمائے بابا بطول کفن اچ بول سکدی ہے مریم کفن اچ عیسیٰ نو بلایا ہی میری اما بطول ہے چاہے تے بول سکدی ہے نہ بولے تے غریب دا مقدر ہے ایک واری اما نو آکھو میں ویڑے چ کھلوتا جا کے اما نو آکھو غریب پیا دئی وانگ مریم دے بلا کفن اچ دوے ہاتھ باہر کڈ کے میرا نام لے کے بلا میں بولنا ہے نہیں تے اما وطن تہاڈا ہے میں تے کربلا دا مسافر ہاں اے مدینہ میرا نہیں ہے تہاڈا شہر ہے میں تے جنگلاں دا رائی ہاں میں اج کل پرسو ٹر ویسا ایتھوں اج ملنے تے مینوں انج بلا جویں مریم بلایا ہی حس حسین رک گئے علی ٹر پے جتھے بطول دا جنازہ ہی علی سراندی کھلو کے پہلی واری بیدوا ساختہ رنے تے رو کہہ دین زہرا میں نہیں پیادا وہ پیا دے جدا کنگی کر دیا وال ہک ٹوٹ دائی تے ترے ترے دن رون دیا وہ پیا دائی جدے جسم تے بارش دیا کنیاں برداشت نہیں کر دی پیا دے ایک واری ان بلا جی میں مریم بلایا ہے ممبر دی قسمیں گڑ موڑا لیا لیا دن میری گل مکیے جڑا ہاتھ پچانوے دینا چپا سے تو نہیں اٹھیا پہلی واری زینب دی ماں دے کفن دے بند کھل گئے نا آج پہلی واری پچانوے دن چوندوں میں ہاتھ باہر کڈ کے آ دیے آؤ میرا بھج دے گھوڑے تلا آؤ میرا کربلا دا مسافر آؤ میرا خنجر نال زبا ہوئے نالا اما بلائے ویڑے چھلوتا اما اما کر کے بھج پہ حسین دیاں دوویں بھائی ماں دے گل چ بطول دیاں دوویں بھائی پتر دے گل چ ایڈے درداں دے نال ماں پتر ملے نے منٹ پنجواں نہیں گزرے ماتمیاں جبریل نازل ہوئے تاجے ملکوتی کوئی نہیں روندا جبریل آ کے دیا علی اللہ پیا دئی کوئی واسلہ حسین ماں دے جنازے تو ہٹا کیوں جبریل اللہ پیا دے جدن دے ماں پتر گل لگے نے میرے عرش تے زلزلہ ہے میریاں حوراں دے وال کھلے ہوئے نا میرے نبیاں دیاں پگاں جھڑ پیاں میرے فرشتیاں دیاں تسبیاں چھٹ گئیاں نے کوئی واسلہ نہیں تے عرش ڈان والے علی ہر چند کوشش کیتی ہے حسین ماں دے گل چ باہر نہیں کڈیاں جے تو ماتمیاں تیرا ہاتھ سینے تے نہ آیا شاہ دا کلیجہ زخمیوں سی اللہ جانے علی نو کے خیال آیا علی ہی کو گل کیتی ہے حسین دیاں باہی چھٹ گئی ہیں پتر دے سجے کا نال مولا کیا دن مرضی اپنی کار اووے کہ میری زینب دیوال ایک واری وے کہ میریاں دھیاں دے پرکے لے آفرین 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 آفرین, آفرین بھائی آفرین بھائی یہ حق بندا ہے حسین دی یتیمی دا یہ حق بندا ہے عالیہ دی یتیمی دا آواز آندا ہے او ویکھ میری عالیہ دا برقع لہ گئی
ਭੈਣਾਂ ਦੇ ਖੁੱਲੇ ਵਾਲ ਸੁਣ ਕੇ ਬਾਬਾ ਬਾਬਾ ਕਰਕੇ ਹੁਸੈਨ ਬਾਬੇ ਦੇ ਗੱਲ ਲੱਗ ਗਿਆ। ਇੱਥਾਂ ਹੀ ਮੈਂ ਸਲਾਮ ਕਰਾਂ, ਮੇਰੀ ਤਵੱਕੋ ਤੋਂ ਜ਼ਿਆਦਾ ਰੋ ਲਿਆ। ਆਖਰੀ ਜੁਮਲਾ, ਆਪਣੀਆਂ ਦੁਆਵਾਂ ਜ਼ਿਹਨੀ ਚ ਰੱਖੀ, ਮੇਰਾ ਯਕੀਨ ਕਬੂਲੀਅਤ ਏਡੀ ਰਿਕਤ ਆਖਰੀ ਬੰਦੇ ਤੱਕ ਮੈਂ ਜਮਾ ਰੋ ਰਿਹਾ, ਯਕੀਨਨ ਕੋਈ ਵਾਰਸ ਮੌਜੂਦ ਹੈ। ਸਾਡੀ ਬਸਾਰਤ ਹੀ ਜਿਤਨੀ ਬਸੀਰਤ ਨਹੀਂ ਅਸੀਂ ਵੇਖ ਸਕੀਏ, ਮੌਜੂਦ ਨੇ। ਆਪਣੀਆਂ ਦੁਆਵਾਂ ਪੇਸ਼ ਕਰੋ, ਬੀਬੀ ਪਾਕ ਕਬੂਲ ਫਰਮਾ ਲੈ। ਕਸਰਤ ਨਾਲ ਮਜਮੇ ਇਲਾਕੇ ਦੇ ਸ਼ਰਫਾ ਮੇਰਾ ਸੁਨੀ ਭਾਈ ਮਜਲਸ ਪੇ ਸੁਣਦੇ ਨੇ, ਹੈਰਾਨ ਹੋਏ ਨੇ, ਸ਼ਾਹ ਏਡਾ ਵੱਡਾ ਜੁਮਲਾ ਨਹੀਂ ਪੜਿਆ, ਸ਼ੀਆ ਕਿਉਂ ਰੁਨੇ ਨੇ ਮਾਤਮ ਕਰਕੇ। ਛੋਟੀ ਔਲਾਦ ਹੋਵੇ ਮਾਂ ਟੁਰ ਜਾਏ, ਛੋਟੀ ਔਲਾਦ ਮਾਂ ਦੇ ਜਨਾਜ਼ੇ ਨਾਲ ਲਿਪਟਦੀ। ਅਗਰ 5 ਸਾਲਾਂ ਦਾ ਹੁਸੈਨ ਮਾਂ ਦੇ ਜਨਾਜ਼ੇ ਨਾਲ ਲਿਪਟਿਆ, ਪਿਓ ਹੀ ਹਟਾਉਂਦੇ ਨੇ, ਅਲੀ ਹਟਾਇਆ ਤੇ ਰੋਣ ਵਾਲੀ ਗੱਲ ਕਿਉਂ ਹੈ? ਆ ਮੈਂ ਤਿੰਨ ਦੱਸਾਂ ਸੀ ਧੀਆਂ ਭੈਣਾਂ ਲੈ ਕੇ ਮਿੱਠੀਆਂ ਤੇ 1400 ਸਾਲ ਕਿਉਂ ਰੋਨੇ ਆ? ਅਧਰਾ ਦਾ ਵੇਲਾ ਹੀ ਮਾਂ ਦਾ ਜਨਾਜ਼ਾ ਹੀ, 5 ਸਾਲਾਂ ਦਾ ਪੁੱਤਰ ਆਈ, ਮਿਲਣ ਆਇਆ ਹਟਾਵੇਣ ਵਾਲਾ ਤਾਂ ਬਾਬਾ ਅਲੀ ਆਈ ਹੈ। ਗੜ ਮੋੜ ਵਾਲਿਆ ਸਿਤਾਰੋਂ ਨੇ ਹੁਸੈਨ ਆਏ ਬਾਬੇ ਹਟਾਏ, ਦਾ ਮੁਹਰਮ ਹੈ ਕਰਬਲਾ ਦਾ ਜੰਗਲ ਹੈ, ਪਿਓ ਪਿਆ ਮਰਿੰਦਾ ਹੈ, 4 ਸਾਲਾਂ ਦੀ ਧੀ ਆਈ ਹੈ। ਉੱਠ ਲਿਆ ਕੁਰਾਨ ਮੈਂ ਸਰ ਤੇ ਰੱਖ ਦੇਣਾ, ਜਦਨ ਧੀ ਮਿਲਣ ਆਈ ਹੈ, ਧੀ ਨੂੰ ਪਿਓ ਨਹੀਂ ਹਟਾਇਆ, ਸ਼ਿਮਰ ਹਟਾਇਆ, ਤਾਈਏ ਤੇ ਰੋ ਰੋ ਕਿਆ ਦੀ ਰਹੀ ਹੈ, ਹੱਥ ਕੱਢ ਮੇਰੇ ਪਿਓ ਦੀਆਂ ਜ਼ੁਲਮਾਤਮ ਕਰੋ ਨਾ, ਤੇ ਬਾਸ਼ਿੰਦਾ ਕੌਮ ਜਫਾ ਦਾ ਕੰਡ ਖਾਲੀ ਵੇ। ਅੱਛਾ ਜੇ ਤੁਸੀਂ ਮਾਹੌਲ ਬਣਾ ਲਿਆ, ਬੱਚਾ ਛੋਟਾ ਵੇ, ਪਿਓ ਪਿਆ ਮਰੀਂਦਾ ਵੇ, ਬੱਚੇ ਦੀ ਫਿਤਰਤ ਹੈ, ਸੱਜੇ ਖੱਬੇ ਗਲੀਆਂ 'ਚ ਭੱਜਦਾ ਹੈ, ਕਿਸੇ ਦਾ ਬੂਆ ਖੜਕਾਉਂਦਾ ਹੈ, ਜਲਦੀ ਆਓ ਮੇਰਾ ਪਿਓ ਛੁਡਾਓ, ਮੁਸਲਮਾਨ ਯਕੀਨ ਕਰੀ ਧੀ ਦਾ ਵਸ ਨਹੀਂ ਲੱਗਾ, ਉੱਥੇ ਗਈਏ ਜਿੱਥੇ ਪਿੰਨ ਬਾਸੂਆਂ ਵਾਲੀ ਲਾਸ਼ ਕੋਲ ਖਲੋ ਕੇ ਪਿਆ ਦੀਏ, ਚਾਚਾ ਪਿਆ ਸਾਈਆਂ ਕੱਢ ਕੱਢ ਕਤਲ ਕਰੇਂ ਦਈ, ਮੇਰੇ ਪਿਓ ਕੋ ਸ਼ਿਮਰ ਕਮੀਨਾ, ਹਰ ਜ਼ਰਬ ਤੇ ਤੇਰਾ ਲਾਨਤ।